ਤਰਨਤਾਰਨ ਵਿਖੇ ਇੱਕ 7 ਸਟਾਰ ਹੋਟਲ ਦੇ ਚੌਂਕੀਦਾਰ ਦਾ ਹੋਟਲ ਦੇ ਹੀ ਦੋ ਨਵੇਂ ਆਏ ਕਰਮਚਾਰੀਆਂ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਾਤਲ ਬੇਸਬਾਲ ਦੀ ਮਦਦ ਨਾਲ ਚੌਂਕੀਦਾਰ ਦਾ ਕਤਲ ਕਰਕੇ ਉਸ ਦੀ ਰਾਈਫਲ, ਗੋਲੀਆਂ ਅਤੇ ਹੋਟਲ ਮਾਲਕ ਦੀ ਗੱਡੀ ਲੈ ਕੇ ਫਰਾਰ ਹੋ ਗਏ। ਚੌਂਕੀਦਾਰ ਦੇ ਕਾਤਲਾਂ ਦਾ ਰਾਜ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਨੇ ਖੋਲ੍ਹਿਆ, ਜਿਸ ਵਿੱਚ ਹੋਟਲ ਦੇ ਦੋਵੇਂ ਕਰਮਚਾਰੀ ਮੌਕੇ ਤੋਂ ਰਾਈਫਲ ਲੈ ਕੇ ਗੱਡੀ ਦੇ ਫਰਾਰ ਹੁੰਦੇ ਦਿਖਾਈ ਦੇ ਰਹੇ ਹਨ। ਹੋਟਲ ਮਾਲਕ ਨੇ ਦੱਸਿਆ ਕਿ ਇਹ ਉਸਦੇ ਹੋਟਲ ਦੇ ਹੀ ਕਰਮਚਾਰੀ ਹਨ, ਜੋ ਕਿ ਕੁਝ ਸਮਾਂ ਪਹਿਲਾਂ ਹੀ ਹੋਟਲ ਵਿੱਚ ਕੰਮ ਤੇ ਆਏ ਸਨ ਅਤੇ ਮੂਲ ਰੂਪ ਵਿੱਚ ਬਿਹਾਰੀ ਹਨ। ਆਪਣੇ ਜਿਹੜੇ ਮੈਨੇਜਰ ਸਾਹਿਬ ਸੀ ਉਹ ਇੱਥੇ ਬੈਠਦੇ ਨੇ, ਕਿ ਉਹਨਾਂ ਨੇ ਕਲੀਅਰ ਨਹੀਂ ਵੇਖਿਆ ਕਿ ਮੁੰਡੇ ਕਿਹੜੇ ਆ, ਕਿਸ ਤਰ੍ਹਾਂ ਕਿਸ ਤਰ੍ਹਾਂ ਨੇ ਕਾਰਵਾਈ ਕੀਤੀ ਆ, ਚਾਹ ਵੀ ਬਣੀ ਆ, ਸਭ ਕੁਝ। ਉਹ 12:30 ਜਿਹੜੇ ਰਾਤ ਦੀ ਡਿਊਟੀ ਕਰਦੇ ਨਾ ਬੰਦੇ ਆਪਣੇ, ਉਹ ਚਾਹ ਬਣਾ ਕੇ ਪੀਂਦੇ ਰਾਤ ਨੂੰ, ਆਪੇ ਕਿਚਨ ਖੁੱਲ੍ਹੀ ਹੁੰਦੀ ਆ, ਜਿਹੜਾ ਚਾਹ ਬਣੀ ਅਸੀਂ ਲੱਗਣਾ ਵਾ, ਉਹ ਚਾਹ ਆਪੇ ਬਣਾ ਕੇ ਪੀਂਦੇ ਸੀ। ਬਾਕੀ ਜਿਹੜਾ ਮੈਨੇਜਰ ਸੀ ਉਹ 12:30 ਜਾ ਕੇ ਸੌਂ ਗਿਆ, ਸਾਰਾ ਸਟਾਫ ਸੌਂ ਗਿਆ ਜਾ ਕੇ ਸੌਂ ਗਿਆ, ਉਹ ਪਿੱਛੇ ਰੂਮ ਨੇ ਆਪਣੇ। ਗੱਡੀ ਇਸ਼ੂ ਜੂ ਸੀ, ਨਵੀਂ ਗੱਡੀ ਸਰ, ਜਿਹੜੇ ਬੰਦੇ ਨੇ ਕੰਮ ਨੰਬਰ ਉਹਦਾ ਹੈਗਾ PB46NN00017। ਤੁਹਾਡੇ ਨਾਮ ਦੇ ਸਰ? ਮੇਰੇ ਨਾਮ ਤੇ ਸਰ, ਜਿਹੜੇ ਵਰਕਰ ਨੇ ਕੰਮ ਕਰਦੇ ਉਹਨਾਂ ਰਿਕਾਰਡ ਹੈ ਤੁਹਾਡੇ ਕੋਲ? ਹਾਂ ਉਹਨਾਂ ਦੀ ਫੋਟੋ ਸਰ? ਫੋਟੋ ਮਿਲ ਜਾਣੀ, ਠੀਕ ਹੈ ਜੀ। ਉੱਧਰ ਤਰਨ ਤਾਰਨ ਪੁਲਿਸ ਦੇ DSP ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦੋਸ਼ੀਆਂ ਵਿੱਚ ਇੱਕ ਹੋਟਲ ਵਿੱਚ ਕੰਮ ਕਰਦੇ ਮੈਨੇਜਰ ਦਾ ਭਤੀਜਾ ਹੈ। ਜਿਹੜੀ ਰਾਤ ਬੇਮਾਨੀ ਰਾਤ ਦੇ ਵਿੱਚ 7 ਸਟਾਰ ਹੋਟਲ ਹੈ, ਉੱਥੇ ਵਾਚਮੈਨ ਸੀ ਹਰਜਿੰਦਰ ਸਿੰਘ, ਉਹ ਰਾਤ ਹੋਟਲ ਦੇ ਵਿੱਚ ਹੀ ਵਰਕਰ ਕਰੇ ਹੈ। ਉਹਨਾਂ ਨੇ ਰਾਤ ਉਹਦਾ ਕਤਲ ਕਰਕੇ ਗੱਡੀ ਚੋਰੀ ਕਰਕੇ ਫਰਾਰ ਹੋ ਗਏ। CCTV ਕੈਮਰੇ ਦੀ ਫੁਟੇਜ ਮਿਲੀ ਹੈ, ਉੱਥੋਂ ਤਕਰੀਬਨ ਕਲੀਅਰ ਹੋ ਚੁੱਕਿਆ, ਬਾਕੀ ਕੇਸ ਰਜਿਸਟਰ ਕਰਕੇ ਕਲੀਅਰ ਨਹੀਂ ਹੋ ਰਿਹਾ, ਦੋ ਤਾਂ ਕਲੀਅਰ ਆ ਰਹੇ ਹੈ, ਬਾਕੀ ਦੇਖ ਰਹੇ ਸਰ। ਬੇਸਬਾਲ ਨਾ ਹੋਇਆ ਉਹਦੇ ਨਾਲ ਰੌਂਡ ਸੀ ਸਰ। ਗੱਡੀ ਦਾ ਨੰਬਰ ਜਿਹੜੀ ਗੱਡੀ ਹੈ ਉਹ PB46N ਅਤੇ 0017 ਹੋਟਲ ਮਾਲਕ ਦੀ, ਕੇਸ ਰਜਿਸਟਰ ਕਰਤਾ, ਕਾਰਵਾਈ ਸ਼ੁਰੂ ਹੈ। ਉਹ ਇੱਥੋਂ ਦੇ ਵਰਕਰ ਨੇ ਹੋਟਲ ਕੰਮ ਕਰ ਰਹੇ ਸੀ, ਚਾਬੀ ਮੈਨੂੰ ਲੱਗਦਾ ਉਹ ਲੈ ਮੈਂ ਦੱਸਣ ਤਾਲੋ ਕਿ ਚਾਬੀ ਉਹ ਲਿਆ ਸੀਗੇ, ਚਾਬੀ ਲਿਆ ਕੇ ਇਹਨਾਂ ਨੇ ਲੋਕ ਜਿਹੜਾ ਮੇਨ ਹੈਗਾ ਰਿਸੈਪਸ਼ਨ 'ਤੇ ਉਹਦਾ ਲੋਕ ਖੋਲ੍ਹ ਕੇ ਉੱਥੋਂ ਚਾਬੀਆਂ ਕੱਢ ਕੇ ਪਿੱਛੋਂ ਗੱਡੀ ਕੱਢੀ ਹੈ, ਅਤੇ ਬਾਕੀ ਜਿਹੜੀਆਂ ਚਾਬੀਆਂ ਹੋਰ ਉਹਨਾਂ ਨੇ ਲੋਕ ਵੀ ਚਾਬੀਆਂ ਨਾਲ ਖੋਲ੍ਹਿਆ, ਕਿਉਂਕਿ ਇੱਥੇ ਕੰਮ ਕਰਦੇ ਸੀ ਹੋਟਲ ਦੇ ਵਿੱਚ ਰਹਿੰਦੇ ਸੀ, ਉਹਨਾਂ ਨੂੰ ਪਤਾ ਸੀਗਾ ਚਾਬੀਆਂ ਕਿੱਥੇ ਪਈਆਂ, ਜਿਹੜਾ ਲੋਕ ਕਿੱਥੋਂ ਖੋਲ੍ਹਣਾ। ਇੱਕ ਸਰ ਵੇਖਣ ਵੇਲੇ ਇੱਥੇ ਗੋਲੀਆਂ ਦੇ ਪੱਤੇ ਪਾਏ ਹੋਏ, ਉਹਦੇ ਚਾਹ ਪਈ ਹੋਈ ਹੈ, ਕੱਪ ਵਿਆਹ ਹੋਇਆ ਵਾ, ਲੱਗਦਾ ਇਹਨੂੰ ਬੇਹੋਸ਼ ਵੇਲੋ ਕੀਤਾ ਹੋਊਗਾ ਕੁਛ ਕਾਰਨ, ਪੋਸਟਮਾਰਟਮ ਕੀ ਹੋਏਗਾ। ਉੱਧਰ ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੀ ਮੌਤ ਲਈ ਹੋਟਲ ਮਾਲਕਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਇਨਸਾਫ ਦੀ ਮੰਗ ਕੀਤੀ ਹੈ। ਕੀ ਨਾਂ ਤੇਰਾ? ਮਨਦੀਪ ਸਿੰਘ। ਕੀ ਜਿਹਨੇ ਡੈਥ ਹੋਈ ਕੀ ਲੱਗਦੇ ਤੇਰੇ? ਮੇਰੇ ਬਾਬਾ ਹੀ ਗਏ। ਕੀ ਗੱਲਬਾਤ ਹੋਈ ਸਾਰੀ? ਕੀ ਹੋ ਗਿਆ? ਪਤਾ ਨਹੀਂ ਕੀ ਗੱਲਬਾਤ ਹੋਣੀ, ਤੇ ਨੜਿਆ ਗਾਇ ਕੇ ਲਿਆਂਦਾ ਇੱਥੇ, ਕੀ ਆਂਦੀ ਬੁਖਾਰ ਹੋਇਆ ਤੇਰੇ ਬਾਬਾ ਨੂੰ, ਤਿਆਰ ਕੇ ਲੈ ਜਾਓ। ਆ ਗਏ ਤੇ ਨੋਏ ਦਾ ਇਹਨਾਂ ਦਾ ਕੰਮ ਹੋਇਆ, ਤੁਹਾਨੂੰ ਉਹਦਾ ਇੰਨਾ ਨੇ ਦੱਸਿਆ ਨਹੀਂ। ਤੇ ਆ ਕੇ ਵੇਖਿਆ ਤੇ ਕੀ ਹੋਇਆ ਸੀ? ਆਣ ਕੇ ਬੈਠਾ ਪਿਆ ਕੁਰਸੀ ਬੰਦੇ, ਦੋ ਬੰਦੇ ਸਾਡੇ ਫਰਾਰ ਹੋ ਗਏ ਗੱਡੀ ਲੈ ਕੇ। ਕੌਣ ਫਰਾਰ ਹੈ? ਗੱਡੀ ਦੀਆਂ ਚਾਬੀਆਂ ਲੈਣਾ ਤੁਹਾਡੀ ਸਰ। ਇੱਕ ਗੱਲ ਹੈ, ਬਾਹਰ ਤਾਲਾ ਲੱਗਾ ਤਾਂ ਗੇਟ ਨੂੰ, ਤਾਲਾ ਕਿਤਰਾ ਖੁੱਲ ਕੇ ਚਾਬੀ ਮੈਨੇਜਰ ਕੋਲ ਹੁੰਦੀ ਆ? ਤੁਹਾਨੂੰ ਕੀ ਲੱਗਦਾ ਹੋਟਲ ਵਾਲੇ ਨੇ ਕੀਤਾ ਜੋ ਕੁਝ ਕੀਤਾ? ਜੋ ਕੁਝ ਕੀਤਾ ਅੰਦਰ ਹੀ ਹੋਇਆ, ਜੋ ਕੁਝ ਹੋਇਆ ਹੋਟਲ 'ਚ ਹੀ ਹੋਇਆ ਵਾ। ਬਾਹਰੋਂ ਕੋਈ ਰਾਤ ਹੀ ਹੋਈ ਹੈ ਵਾਰਦਾਤ? ਰਾਤ ਸਰ 2 ਵਜੇ ਦੀ ਵਾਰਦਾਤ ਹੋਈ ਹੈ, ਤੇ ਸਾਨੂੰ ਤੇ 8 ਵਜੇ ਦੱਸਦੇ ਪਏ ਸਾਰੇ, ਕਹਿੰਦੇ ਬੁਖਾਰ ਚੜਿਆ ਲੈ ਜਾਓ ਇਹਨਾਂ ਨੂੰ, ਸਾਨੂੰ ਤੇ ਬੁਖਾਰ ਚੜਿਆ ਨੂੰ ਲੈ ਜਾਓ ਆ ਕੇ। ਮੈਨੂੰ ਪਤਾ ਨਹੀਂ ਸਰ, ਮੈਂ ਸੋਏ ਹੋਏ ਤੇ ਮੈਂ ਤਾਂ ਰਾਤ ਨੂੰ 12:15 ਤੱਕ ਕਲੋਜਿੰਗ ਕੀਏ ਹੈ। ਚਲੋ ਵੀ ਚਲ ਵੀ ਤੋ ਮੈਂ ਤਾਂ ਸੋ ਰਹੇ ਤੇ ਮੈਨੂੰ ਪਤਾ ਸਵੇਰੇ ਲਗਾ ਜੋ ਮੁੰਡਾ ਗਿਆ ਉਹ ਖਾਣੇ ਚ। ਤੋ ਜੋ ਕੰਮ ਕਰਤਾ ਉਸਕਾ ਕੀ ਨਾਮ ਤਾਂ ਜਿਸਕੀ ਡੈਥ ਹੋਈ ਹੈ? ਡੈਥ ਹੋਈ ਹੈ ਉਸਕੋ ਹਰਜਿੰਦਰ ਸਿੰਘ। ਕਬ ਸੇ ਕੰਮ ਕਰਤਾ ਰਹਾ? ਉਹ ਤਾਂ ਮੇਰੇ ਕੋਲ 6-7 ਸਾਲ ਹੋ ਗਏ। 6-7 ਸਾਲ ਤੋ ਜੀ ਕੈਸੀ ਘਟਨਾ ਕੌਣ ਆਪਕੋ ਯਾਦ ਕੀ ਜਾ? ਘਟਨਾ ਕੇ ਮਾਰੇ ਮੇਂ ਤਾਂ ਮੇਰੇ ਕੋ ਕੋਈ ਅਭੀ ਤੱਕ ਡਿਟੇਲ ਪਤਾ ਨਾ, ਮੈਂ ਤਾਂ ਆਪਣੇ ਉਠਾਏ
जो मुंडा था इतने जो नाइट में दो काम करता था वो एक मुंडा वो हरजिंदर सिंह एक जेपी था जो मेरे को उठाने गया कमरे के नीचे मैं तो पीछे पीछे रिजॉर्ट के पीछे पीछे क्वार्टर में सो रहे एक बताया जा रहा है इसमें आपका भतीजा भी था भतीजा भी था आपका भतीजा मुंडा है। तरन तारण तो जागृति लहर दे विजय कुमार की रिपोर्ट।